ਪਾਟੀਆ ਸਾਹਿਬ, ਅੱਜ ਤੁਹਾਡੇ ਉੱਤੇ ਕੁਝ ਨੌਜਵਾਨਾਂ ਦੇ ਵੱਲੋਂ ਹਮਲਾ ਕੀਤਾ ਗਿਆ, ਤੁਹਾਡੀ ਦਸਤਾਰ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਕੀ ਉਹ ਪੂਰਾ ਮਾਮਲਾ ਸੀਗਾ, ਕੌਣ ਉਹ ਨੌਜਵਾਨ ਸੀਗੇ? ਸਰ ਇਸ ਤਰ੍ਹਾਂ ਹੈ ਕਿ ਜੋ ਉਹਨਾਂ ਨੇ ਕਿਹਾ ਸੀ ਕਿ 3 ਨੰਬਰ ਗਲੀ ਦੀ ਕੰਪਲੇਂਟ ਹੈਗੀ ਸੀ ਇੱਕ ਜੀ, ਉਹਦੇ ਨਾਲ ਇਸ ਤਰ੍ਹਾਂ ਕਿ ਨਾਲਾ ਇੱਕ ਚੱਲਦਾ ਹੈ, ਨਾਲਾ ਬੰਦ ਸੀ, ਉਹ ਪਟ ਗਿਆ ਜੀ ਉੱਥੋਂ ਥੋੜਾ ਜੀ, ਜਦ ਉਹ ਫਟ ਗਿਆ ਤੇ ਉਹਨੂੰ ਰਿਪੇਅਰ ਜਿਹੜਾ ਮਹੀਨੇ ਚ ਹੋਣਾ ਸੀ 3-4 ਦਿਨ ਚ ਕਰਾ ਤਾ ਜੀ, ਉਹ ਰਿਪੇਅਰ ਹੋ ਗਿਆ ਤੇ ਹੁਣ ਉਹ ਗਿੱਲਾ, ਮਗਰ ਜਿਹੜਾ ਪਾਣੀ ਸਾਰੀਆਂ ਗਲੀਆਂ ਦੇ ਵਿੱਚ ਇਕੱਠਾ ਹੋ ਗਿਆ, ਇੱਥੋਂ ਤੱਕ ਮੇਰੇ ਤੋਂ ਇਲਾਕਾ ਪੜ ਰਿਹਾ ਹੈ, ਉਹ ਵੀ ਇਕੱਠਾ ਹੋ ਗਿਆ ਪਾਣੀ ਜੀ ਫੋਕਲ ਪੁਆਇੰਟ ਦਾ ਜੀ, ਉਹ ਹੁਣ ਉਹਨੇ ਛੋਟੀ ਮੋਟਰ ਲਾਤੀ ਹੈ, ਆਸਤਾ 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 1-2 ਦਿਨ ਚ ਪਾਣੀ ਨਿਕਲ ਜਾਣਾ ਜੀ। ਉਦੋਂ ਬਾਅਦ ਉਹ ਵੱਡੀ ਮਸ਼ੀਨ ਹੁੰਦੀ ਸੇਵਕ ਚੱਕਰ ਜਿਹੜੀ ਹੈ, ਉਹਨਾਂ ਕਿਹਾ ਸੀ ਉਹ ਲਾ ਦਿੰਦੇ ਹਾਂ ਜੀ, ਉਹ ਸਾਰੀਆਂ ਗਲੀਆਂ ਕਲੀਅਰ ਹੋ ਜਾਣਗੀਆਂ ਕਿਉਂਕਿ ਪਾਣੀ ਬੜੇ ਦਿਨਾਂ ਤੋਂ ਮਹੀਨਾ ਹੋ ਚੱਲਿਆ ਜੀ। ਇਹ ਗੱਲ ਮੈਂ ਆਪਣੇ ਕਮਿਸ਼ਨਰ ਸਾਹਿਬ ਨੂੰ ਵੀ ਕਹਿਤੀ ਸੀਗੀ, SC ਸਾਹਿਬ ਨੂੰ ਵੀ ਕਿਹਾ ਸੀ ਜੀ, ਉਹਨਾਂ ਨੇ ਕਹਿ ਕਹਿ ਕੇ ਤੇ ਮੈਂ ਮੈਡਮ ਸਿੱਧੂ ਨੂੰ ਵੀ ਕਿਹਾ ਸੀ ਜੀ, ਉਹਨਾਂ ਨੇ ਤਾਂ ਹੀ ਉਹ ਨਾਲਾ ਜਿਹੜਾ ਮਹੀਨੇ ਚ ਰਿਪੇਅਰ ਹੋਣਾ ਸੀ ਉਹਨਾਂ ਨੇ 3-4 ਦਿਨਾਂ 5 ਦਿਨਾਂ ਚ ਦਿਨ ਰਾਤ ਲਾ ਕੇ ਕਰਤਾ ਠੀਕ ਜੀ। ਹੁਣ ਉਹ ਗਿੱਲਾ ਸੀਗਾ ਜਿੱਥੋਂ ਪੈਚ ਫਰਕ ਹੋਇਆ, ਗਿੱਲਾ ਪਾਣੀ ਛੱਡਦੀ ਮਗਰੋਂ ਫਿਰ ਟੁੱਟ ਜਾਣਾ ਜੀ ਜੀ। ਉਹ ਸਰ ਉਹਨਾਂ ਨੂੰ ਕਿਹਾ ਕਿ 2-3 ਦਿਨਾਂ ਦੇ ਵਿੱਚ ਮਗਰੋਂ ਪਾਣੀ ਫੋਕਲ ਪੁਆਇੰਟ ਤੋਂ ਆ ਰਿਹਾ, ਸਾਰੀਆਂ ਗਲੀਆਂ ਦਾ ਕਲੀਅਰ ਹੋ ਜਾਏਗਾ ਜੀ। ਇਹਨੇ ਦੇ ਵਿੱਚ ਅਣ ਪਛਾਤੇ ਬੰਦੇ ਤਰੀਫ ਲੈਣ ਆਏ ਹੋਣੇ ਕਿ ਮੈਂ ਨੀ ਚੱਲ ਸਕਦਾ ਜੀ, ਉਹਨਾਂ ਮੇਰੇ ਪੱਗ ਤੇ ਫੌੜ ਮਾਰੀ ਤੇ ਕਹਿੰਦੇ ਜੀ ਮਤਲਬ ਤੁਹਾਡੇ ਪਿਓ ਨੇ ਕਰਾਉਣਾ, ਬਸ ਉਹ ਨਿਕਲ ਗਏ ਮੇਰੇ ਜੀ। ਜੀ ਇਹ ਜਿਹੜੇ ਲੋਕ ਸੀਗੇ ਤੁਹਾਡੇ ਵਾਰਡ ਨੰਬਰ 30 ਦੇ ਸੀਗੇ, ਤੁਸੀਂ ਪਛਾਣੇ ਇਹਨਾਂ ਨੂੰ? ਨਹੀਂ ਸਰ ਪਤਾ ਨਹੀਂ ਲੱਗ ਸਕਿਆ ਜੀ, ਹੁਣ ਵੀਡੀਓ ਵੇਖਾਂਗਾ ਜਾ ਕੇ ਜੀ, ਫਿਰ ਪਤਾ ਲੱਗੇਗਾ ਜੀ, ਉਹ ਕੰਪਲੇਨ ਲਾਣਾ ਜੀ ਇਹਦੀ ਹੈ ਜੀ। ਹਾਂਜੀ ਪੁਲਿਸ ਨੂੰ ਕੰਪਲੇਂਟ ਕਰ ਦਿੱਤੀ ਜੀ ਹੁਣ ਤੱਕ ਤੁਸੀਂ ਕੋਈ? ਨਹੀਂ ਹਾਲੇ ਕਰਨ ਲੱਗਾ ਜੀ, ਕਿਉਂਕਿ ਇੱਥੇ ਇੱਕ ਮੂਰਤ ਕਰਨਾ ਸੀ, ਮੈਡਮ ਆਏ ਨੇ ਆਉਣ ਲੱਗੇ ਨੇ 5 ਮਿੰਟ ਚ, MLA ਸਾਹਿਬ ਜਿਹੜੇ ਐਕਸ MLA ਨਵਜੋਤ ਕੌਰ ਸਿੱਧੂ ਜੀ ਜੀ, ਸ਼ਰਾਰਤੀ ਅਨਸਰ ਹੁੰਦੇ ਨੇ, ਹਰ ਜਗ੍ਹਾ ਹੁੰਦੇ ਨੇ, ਹਰ ਕੌਮ ਚ ਹੁੰਦੇ ਨੇ, ਹਰ ਇਲਾਕੇ ਚ ਹੁੰਦੇ ਨੇ, ਉਹ ਸ਼੍ਰੋਮਣੀ ਕਮੇਟੀ ਦੇ ਕੋਈ ਗੱਲ ਨੀ। ਕੀ ਮੰਗ ਕਰਦੇ ਹੋ ਤੁਸੀਂ ਹੁਣ? ਤੁਹਾਡੀ ਸਰਕਾਰ ਹੈ ਨਵਜੋਤ ਸਿੰਘ ਸਿੱਧੂ ਦੇ, ਤੁਸੀਂ ਬੜੇ ਕਰੀਬੀ ਹੋ, ਔਰ ਸ਼ਹਿਰ ਦੇ ਵਿੱਚ ਜੋ ਹਾਲਤ ਹੁੰਦੀ ਹੈ ਤੁਸੀਂ ਜਿੱਦਾਂ ਦੱਸਿਆ ਕਿ ਸੁਧਾਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਪਰ ਲਾਅ ਐਂਡ ਆਰਡਰ ਦੀ ਗੱਲ ਕੀਤੀ ਜਾਵੇ ਤਾਂ ਤੁਹਾਡੇ ਤੇ ਹਮਲਾ ਹੁੰਦਾ ਹੈ, ਤੁਸੀਂ ਕੌਂਸਲਰ ਹੋ, ਕੀ ਕਹੋਗੇ ਤੁਸੀਂ ਸਰ ਇਹਦੇ ਬਾਰੇ ਚ? ਹੁਣ ਬੰਦਾ ਜਿਹੜਾ ਆਇਆ ਉਹਨੂੰ ਤੇ ਦੇਖਣਾ ਪਏਗਾ ਜੀ, ਪਤਾ ਕਰਾਂਗੇ ਜੀ, ਪੁਲਿਸ ਨੂੰ ਕੰਪਲੇਂਟ ਲਾਣਾ ਜੀ, ਜਿਹੜਾ ਬੰਦਾ ਹੈਗਾ ਫੜ ਕੇ ਉਹਦੇ ਤੇ ਐਕਸ਼ਨ ਲੈਣਾ ਚਾਹੀਦਾ ਜੀ। ਸਰਕਾਰ ਤੋਂ ਕੀ ਮੰਗ ਕਰਦੇ ਹੋ ਤੁਸੀਂ? ਸਰਕਾਰ ਤੋਂ ਇਹੀ ਮੰਗ ਕਰਨਾ ਜੀ, ਉਹਨਾਂ ਜਿਹੜੇ ਬੰਦੇ ਨੇ ਟ੍ਰੇਸ ਕਰਕੇ ਤੇ ਉਹਨਾਂ ਦੇ ਪੂਰਾ ਐਕਸ਼ਨ ਪੂਰੀ ਕਾਰਵਾਈ ਜੋ ਮਰਜ਼ੀ ਕੀਤੀ ਜਾਏ ਜੀ। ਜੀ ਜੀ ਪਟੇ ਸਾਹਿਬ, ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਸਰ, ਥੈਂਕ ਯੂ।